बैठे हैं जी हाउसबोट जी अज अं जावे समान अड रखा गया हूँ असं आप बैठन चले हाँ चलो बी ध्यान 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 उपर इधर वे हूँ चल 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 है जी फर्स्ट लुक साडे हाउस बोट का ऐसा हाउस बोट चल रही ने इस तरह साडे हाउस बोट भी चलेगी किदा लग रहा है भाई ऊपर बैठना ओके अभी धूप है हाँ शाम को बढ़िया रहेगा ना ट्रेन में आया ले ला भाई देखिए कोकोनट वाटर होगा नींबू पानी सही है स्वाद साड़ी हाउस बोट स्टार्ट हो गई है जी यही उपर जावे उपर धुप है साड़ी हाउस बोट उत्थे लगी ही उतो हम तुर पी है अं जा रहे हैं अन्ना कहते हैं ना भाई को यहाँ पे साड़े हाउस बोट ड्राइवर ने होर हाउस बोट्स भी चल रही ने इत्थे साड़ी हैगी हाउस बोट उच सिंगल रूम आ जड़ी हाउस बोट है एच एक दो ते तीन रूम्स ने अभी अपने वास्ते प्राइवेट हाउस बोट लीए जिसे सिर्फ एको सिंगल रूम है एच एक बैडरूम वो सी दूजा है तो तीसरा वो तीन बैडरूम यह साडे वास्ते प्राइवेट है जिदे इत्थे इत्थों एंटर ही किते ही बाहरों एंटर करके यह सारा सिटिंग एरिया है फिर उस तो बाद इत्थे चेयरस ने साडे वास्ते टेबल है उपर जाने वास्ते स्टेयरस ने इत्थों भी बाहर का पूरा व्यू है यह साडा बैडरूम है बैडरूम च एसी लगा है जो कि राती 9 तो सवेरे 5 बजे तक चलेगा यह साडा रूम पूरा देख सकते हैं रूम के विचों भी बाहर का देखने का पूरा ऑप्शन हैगा है विंडोज़ ने विंडोज़ खुल भी सकदिया ने आ खुली हुई विंडो है इतों पूरा देख सकते हैं आप जिन्नी हाउस बोट सारिया इतने देख सकते हैं प्लस है नाल वॉशरूम अटैच है लेक च जाम लग गया एक बोट वो है एक बोट है वै अभी पता नहीं किधर जा रहे हैं भाजी हम घुमा रहे बोट साड़ी आ गया है जी तो अन्ना सानू दसणगे कि लंच दे च की कुछ है ये राइस है क्या चक्का गुरु थोड़ा थोड़ा सा ना ऊंची बोलिए वो चक्का गुरु ओके सराड़े पापड़ ये बीन्स कैबेज सोयाबीन पिकल सांबर कर्ड और वो साइड पे सॉल्ट है ना सॉल्ट ओके और चपाती हमारी बन रही है थैंक यू तैयार यह साड़ा लंच आ गया है जी लंच विद दी व्यू वाओ बाहर का व्यू देखो शानदार हवा चल रही है ठंडी ठंडी सामने पाम ट्रीज ने वाओ तो इत्थे साड़ा लंच आ गया साड़ी भाषा च सांभर है जी ए लूण आ दही आ फलियां ए पोहा की कह के गए ही नू कैबेज कैबेज
ਲੱਗਦਾ ਪੋਹੇ ਵਰਗਾ ਪਿਆ ਹੈ ਇਹ ਨਿਊਟਰੀ ਨਿਊਟਰੀ ਇਹ ਪਤਾ ਨਹੀਂ ਕੀ ਇਹ ਸੈਲਡ ਇਹ ਸੈਲਡ ਹੈ ਪਾਪੜ ਇਹ ਪਾਪੜ ਹੈ ਪੂੜੀਆਂ ਵਰਗਾ ਲੱਗਣ ਦਿਆ ਪਰ ਹੈ ਪਾਪੜ ਹੈ ਤੇ ਇਹ ਇਹ ਆਪਣੇ ਚਾਵਲ ਆ ਗਏ ਇਹ ਸਾਡੀ ਭਾਸ਼ਾ ਦੇ ਵਿੱਚ ਤੇ ਨਾ ਨਾ ਲੰਚ ਬ੍ਰੇਕ ਰੱਖਦੇ ਰਹੇ ਲੰਚ ਬ੍ਰੇਕ ਚ ਜਿਹੜੀ ਬੋਟ ਇੱਕ ਜਗ੍ਹਾ ਰੁਕ ਗਈ ਹੈ ਤੇ ਹੁਣ ਸਾਡਾ ਇੱਥੇ ਲੰਚ ਹੋਏਗਾ ਇਹ ਆ ਗਿਆ ਸਾਡਾ ਪ੍ਰਸ਼ਾਦਾ ਜੀ ਪ੍ਰਸ਼ਾਦਾ ਸਾਂਬਰ ਫਲੀਆਂ ਇਹ ਪਤਾ ਨਹੀਂ ਕੀ ਨਿਊਟਰੀ ਇਹ ਤਾਂ ਪਤਾ ਹੀ ਨਹੀਂ ਕੀ ਹੈ ਇੱਥੋਂ ਦੀ ਕੋਈ ਡਿਸ਼ ਆ ਕਹਿੰਦੇ ਵੈੱਜ ਆ ਖਾ ਕੇ ਟੇਸਟ ਕਰੋ ਖਾ ਕੇ ਦੇਖਦੇ ਹਾਂ ਇਹ ਸਾਰਾ ਕੁਛ ਲੱਗਾ ਹੈ ਹਰਮਨ ਨੇ ਵੀ ਆਪਣੀ ਪਲੇਟ ਪਾ ਲਈ ਹੈ ਇਹ ਸਾਨੂੰ ਖਵਾ ਰਹੇ ਨੇ ਭਾਈ ਸਾਹਿਬ ਜੇ ਤੁਸੀਂ ਇੱਥੇ ਕੇਰਲਾ ਆ ਰਹੇ ਹਾਂ ਤਾਂ ਮੈਂ ਸੁਜੈਸਟ ਕਰਾਂਗਾ ਐਲ ਏ ਪੀ ਜ਼ਰੂਰ ਆਓ ਅਤੇ ਇੱਕ ਰਾਤ ਲਈ ਹਾਊਸ ਬੋਟ ਦੇ ਵਿੱਚ ਜ਼ਰੂਰ ਰੁਕੋ ਤੁਹਾਡਾ ਲਾਈਫ ਟਾਈਮ ਐਕਸਪੀਰੀਅੰਸ ਰਹੇਗਾ ਏ ਅਤੇ ਬਹੁਤ ਮਜ਼ਾ ਆਏਗਾ ਅਤੇ ਬਾਕੀ ਜੋ ਇੱਥੇ ਅਗਰ ਤੁਸੀਂ ਆਉਣਾ ਹੈ ਤਾਂ ਹਾਊਸ ਬੋਟ ਦੀ ਬੁਕਿੰਗ ਪਹਿਲਾਂ ਕਰਵਾ ਲਓਗੇ ਤਾਂ ਠੀਕ ਰਹੇਗਾ ਬਿਕੋਜ਼ ਮੈਂ ਲਾਸਟ ਮੂਮੈਂਟ 'ਤੇ ਬੁਕਿੰਗ ਕੀਤੀ ਸੀ ਦੂਜਾ ਵੀ ਫਰਕ ਪੈ ਸਕਦਾ ਹੈ ਨਾ ਅੱਜ ਸੈਟਰਡੇ ਹੈ ਸੈਟਰਡੇ ਸੰਡੇ ਇੱਥੇ ਟੂਰਿਸਟ ਜ਼ਿਆਦਾ ਨੇ ਸਾਨੂੰ ਇਹ ਹਾਊਸ ਬੋਟ ਦਾ ਰੈਂਟ ਪਿਆ ਏ ਇੱਕ ਨਾਈਟ ਵਾਸਤੇ 9500 ਰੁਪਈਆ ਜਿਹਦੇ ਵਿੱਚ ਤਿੰਨੇ ਟਾਈਮ ਦਾ ਖਾਣਾ ਅਤੇ ਸ਼ਾਮ ਦੀ ਚਾਹ ਵਗੈਰਾ ਵੀ ਇਨਕਲੂਡ ਆ ਅਤੇ ਬਾਕੀ ਇਹ ਹਾਊਸ ਬੋਟ ਨੇ ਸ਼ਾਮੀ 5 ਵਜੇ ਤੱਕ ਚੱਲਣਾ ਹੈ ਉਸ ਤੋਂ ਬਾਅਦ ਇਹਨੇ ਇੱਕ ਜਗ੍ਹਾ 'ਤੇ ਖੜੀ ਹੋ ਜਾਣਾ ਹੈ ਜਿੱਥੋਂ ਹਾਊਸ ਬੋਟ ਦੇ ਵਿੱਚ ਏ ਸੀ ਵੀ ਹੈ ਸ਼ਾਮ ਦੇ ਟਾਈਮ ਏ ਸੀ ਵੀ ਚੱਲੇਗਾ ਰੂਮ ਦੇ ਵਿੱਚ ਉਸ ਜਗ੍ਹਾ 'ਤੇ ਜਿੱਥੋਂ ਇਹਨਾਂ ਨੇ ਏ ਸੀ ਦੀ ਸਪਲਾਈ ਲੈਣੀ ਹੈ ਰਾਤ ਉੱਥੇ ਖੜੀ ਰਹੇਗੀ ਅਤੇ ਫਿਰ ਸਵੇਰੇ 8 ਵਜੇ ਤੋਂ ਬਾਅਦ 1-2 ਘੰਟੇ ਲਈ ਫਿਰ ਸਾਨੂੰ ਘੁਮਾਉਣਗੇ ਅਤੇ ਫਿਰ ਦੁਬਾਰਾ ਚੱਲਣਗੇ ਇਹ ਪੂਰਾ ਇੱਥੋਂ ਦਾ ਹਿਸਾਬ ਕਿਤਾਬ ਹੈ ਹੁਣ ਅਸੀਂ ਰੁਕੇ ਹਾਂ ਇੱਥੇ ਸਪੀਡ ਬੋਟ ਕਰਨ ਦੇ ਲਈ ਇੱਥੇ ਸਪੀਡ ਬੋਟ ਵੀ ਕੀਤੀ ਜਾ ਸਕਦੀ ਆ ਅਤੇ ਦੂਸਰਾ ਇੱਥੇ ਲਾਗੇ ਕੋਈ ਇੱਕ ਸਨੈਕਸ ਦੀ ਦੁਕਾਨ ਕਹਿੰਦੇ ਆ ਜਿਹਦੇ ਵਿੱਚ ਕੋਈ ਚਾਹ ਕੌਫੀ ਕੋਲਡ ਡਰਿੰਕ ਵਗੈਰਾ ਮਿਲ ਸਕੇਗੀ ਉਤਰ ਕੇ ਦੇਖਦੇ ਹਾਂ ਕਿ ਕਿਹੜੀ ਇੱਥੇ ਅੱਗੇ ਉਹ ਆਈ ਥਿੰਕ ਸਾਹਮਣੇ ਇੱਕ ਛੋਟੀ ਜਿਹੀ ਦੁਕਾਨ ਨਜ਼ਰ ਆ ਰਹੀ ਹੈ ਉਹੀ ਹੋਏਗੀ ਚਲੋ ਚੱਲੀਏ ਆਹ ਨਿੱਕੀ ਜਿਹੀ ਸੇ ਦੁਕਾਨ ਆ ਕੂਲ ਬਾਰ ਐਂਡ ਫਿਸ਼ ਸ਼ੌਪ ਭੀੜ ਇੱਥੇ ਲੱਗੀ ਹੋਈ ਇੰਨੇ ਵਾ ਇੱਧਰ ਵੀ ਇੱਥੇ ਇੱਥੇ ਮੱਛੀਆਂ ਨੇ ਆ ਸਾਰੀਆਂ ਮੱਛੀਆਂ ਨੇ ਆਹ ਕੈਂਡੀਆਂ ਸਭ ਮੱਛੀਆਂ ਨੇ ਆਹ ਦੇਖੋ ਮੱਛੀ ਇਹ ਜਾਂ ਕੇਕੜੇ ਤੇ ਜਿੰਦਾ ਨੇ ਹੈ ਕੋਈ ਸਭ ਮੱਛੀ ਆ ਹਾਊਸ ਬੋਟਸ ਇੱਥੇ ਲੱਗੀਆਂ ਨੇ ਜੀ ਇੱਕ ਆ ਇੱਕ ਉਹ ਅੱਗੇ ਹਾਊਸ ਬੋਟਾਂ ਵਾਲੇ ਬੰਦੇ ਸਾਰੇ ਥੱਲੇ ਉਤਰੇ ਹੋਏ ਨੇ ਇੱਕ ਉਹ ਅੱਗੇ ਵਾਹ ਵਾਹ ਸਾਰੀਆਂ ਹਾਊਸ ਬੋਟਸ ਹੁਣ ਸਾਡਾ ਅੰਨਾ ਹੈ ਮੈਨੂੰ ਬੁਲਾ ਰਿਹਾ ਪਤਾ ਨਹੀਂ ਕਿਉਂ ਜੀ ਜ਼ਿਆਦਾ ਬੁਕਿੰਗ ਹੈ ਕਿਸ ਕੀ ਸਪੀਡ ਮੇਂ ਸਪੀਡ ਬੋਟ ਕੀ ਬੁਕਿੰਗ ਹੈ ਆ ਗਿਆ ਇਹ ਸਪੀਡ ਬੋਟ ਕਰਨੀ ਕਹਿੰਦੇ ਬੁਕਿੰਗ ਜ਼ਿਆਦਾ ਹੈ ਦੇਖੋ ਇਹਦੇ ਪੂਰੇ ਪਾਲੂ ਬਣ ਗਏ ਨੇ ਤੁਸੀਂ ਪੂਰੇ ਪਾਲੂ ਲੱਗ ਰਹੇ ਹੋ ਹੁਣ ਹਰਮਨ ਕੌਰ ਵੀ ਚੱਲੀ ਹੈ ਮਿਸ਼ਨ ਤੇ ਚਾ ਇੰਨੀ ਤਿਆਰੀ ਕਾਹਦੇ ਲਈ ਹੈ ਇਹ ਸਪੀਡ ਬੋਟ ਤੇ ਜਾਣ ਲਈ ਪਤਾ ਨਹੀਂ ਅਸੀਂ ਕੋਈ ਬੁਕਿੰਗ ਨਹੀਂ ਕਰਾਈ ਸਪੀਡ ਬੋਟ ਦੀ ਇੰਨੀ ਲਾਈਨ 'ਚ ਵੀ ਨਹੀਂ ਲੱਗੇ ਪਰ ਸਾਡੀ ਵਾਰੀ ਪਤਾ ਨਹੀਂ ਪਹਿਲਾਂ ਕਿੱਦਾਂ ਆ ਗਈ ਹੈ ਸਾਡੇ ਅੰਨਾ ਨੇ ਸਾਡਾ ਕੰਮ ਕਰਵਾਇਆ ਹੈ ਉੱਦਾਂ ਸਾਰੇ ਲਾਈਨ 'ਚ ਲੱਗੇ ਹੋਏ ਨੇ ਸਾਰੇ ਲੋਕ ਕਿਹੜੀ ਸ਼ਕਲ ਵੇਂਦੇ ਪਏ ਆ ਅਸੀਂ ਅੱਗੇ ਚੱਲ ਗਏ ਹਾਂ ਪਰ ਹਿਲਦੀ ਬੜਾ ਪਈ ਆ ਅੱਜ ਸਟਾਰਟ ਕਰਤੀ ਆ
ਦੇ ਨਜ਼ਾਰੇ ਫੁੱਲ ਆ ਪਰ ਆਹ ਨੂੰ ਪੁਆਏ ਹੁਣ ਕਰਕੇ ਮੋਟੇ ਮੋਟੇ ਲੱਗਦੇ ਪਏ ਆ ਬੈਠਾ ਨਹੀਂ ਜਾ ਰਿਹਾ ਇਹਦੇ ਨਾਲ ਜਦੋਂ ਬੋਟ ਭੱਜੀ ਉਦੋਂ ਮੈਨੂੰ ਲੱਗਿਆ ਮੇਰਾ ਤੋਂ ਮੋਬਾਈਲ ਨਾ ਡਿੱਗ ਜੇ ਇਹ ਐਡੀ ਸਪੀਡ ਬੋਟ ਹੈ ਉੱਤੇ ਬੜੀ ਧੁੱਪ ਹੈ ਪਰ ਮਜ਼ਾ ਬੜਾ ਹੈ ਹੁਣ ਫੇਰ ਹੀ ਚੱਲੇ ਆ ਭਾਈ ਨੇ ਫੇਰ ਸਾਨੂੰ ਪੂਰਾ ਮਜ਼ਾ ਦਿਵਾਉਣਾ ਹੈ स्पीड बोट इंजॉय करने तो बाद हमने फिर वापस चलने हैं। स्पीड बोट का बहुत मजा आया यार, तो वो चार्जस अलग तो लगे 500 रुपये पर परसन का ही, 1000 रुपया हमें दोवां जणा देना पाया स्पीड बोट का, पर बहुत ही मज़ा आया स्पीड बोट करन दा, अपना ही मज़ा सी। ਐਲਪੀ ਦਾ ਕੋਈ ਹੋਸਟਲ ਹੈ ਪਤਾ ਨਹੀਂ ਕਿਹੜਾ, ਟ੍ਰੇਨਿੰਗ ਸੈਂਟਰ ਕਹਿੰਦੇ ਨੇ, ਹੈਗਾ ਬੜੀ ਵਧੀਆ ਜਗ੍ਹਾ ਤੇ ਹੈਗਾ ਟ੍ਰੇਨਿੰਗ ਸੈਂਟਰ ਦਾ। ਨੈਸ਼ਨਲ ਸੈਂਟਰ ਆਫ ਐਕਸੀਲੈਂਸ ਇਹਨਾਂ ਦਾ, ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਇਹਦਾ ਟ੍ਰੇਨਿੰਗ ਸੈਂਟਰ ਪਿੱਛੇ ਬਣਿਆ ਸੀ। ਸਾਡਾ ਆਰਡਰ ਟੀ ਟਾਈਮ, ਪਕੌੜੇ ਨਾਲੇ ਚਾਹ, ਇਹੀ ਚਾਹ ਹੀ ਦੋ ਜਣੇ ਪੀਂਦੇ ਨਹੀਂ, ਸੋ ਨਹੀਂ ਆਪਣੇ ਵਾਸਤੇ ਨਿੰਬੂ ਪਾਣੀ ਜੋ ਅਨਵੈਲਕਮ ਡਰਿੰਕ ਮਿਲੇਗੀ ਉਹੀ ਬਣਵਾ ਰਿਹਾ ਹੈ। ਵਿੰਦੀ ਵਿਊ ਜਿੱਧਰ ਮਰਜ਼ੀ ਵਿਊ ਦੇਖੀ ਜਾਓ, ਵਿਊ ਘੈਂਟ ਹੀ ਘੈਂਟ ਨੇ, ਐਂਡ ਹੀ ਐਂਡ ਹੋਈ ਪਈ ਸਾਰੇ ਪਾਸੇ। ਹਰ ਪਾਸੇ ਵਿਊ ਐਂਡ ਹੀ ਐਂਡ ਨੇ, ਕਿਆ ਬਾਤ। ਹੁਣ ਇਹ ਆਪਣੇ ਡਰਿੰਕਸ ਪੀਆਂਗੇ ਜਾ ਕੇ। ਹਾਂਜੀ ਪੀ ਲਓ ਮਹਾਰਾਜ, ਗੱਲਾਂ 'ਚ ਲੱਗੀ ਹੋਈ ਆ, ਪਕੌੜੇ ਸਾਹਮਣੇ ਨੇ, ਜੂਸ ਪੀਂਦੀ ਪਈ ਆ, ਨਜ਼ਾਰੇ ਆ ਨਜ਼ਾਰੇ ਆ ਫਿਰ ਕਿੰਨੇ ਸਾਰੇ ਹਾਊਸ ਬੋਟਸ ਇਕੱਠੀਆਂ ਹੋ ਗਈਆਂ। ਬੈਕ ਸਾਈਡ ਆ ਜਾਈਏ, ਹੁਣ ਆਪਣੇ ਬੋਟ ਦੀ ਬੈਕ ਸਾਈਡ ਤੇ ਆ ਗਏ ਆ। ਬੈਕ ਸਾਈਡ ਤੇ ਸਾਰਾ ਇਹਨਾਂ ਦਾ ਮੇਨਟੇਨੈਂਸ ਏਰੀਆ ਹੁੰਦਾ ਹੈ, ਇਹ ਨਾਲ ਹੀ ਅੱਗੇ ਕਿਚਨ ਆ, ਅੱਗੇ ਸਾਰਾ ਗੈਸਟ ਏਰੀਆ। ਹਵਾ ਬਹੁਤ ਵਧੀਆ ਚੱਲਣ ਲੱਗ ਪਈ ਹੈ, ਬੜਾ ਵਧੀਆ ਹੋ ਗਿਆ ਇੱਥੇ ਵੀ, ਮਜ਼ਾ ਆਉਣ ਲੱਗ ਪਿਆ ਉੱਤੇ ਆ ਕੇ ਵੀ। ਇਹ ਸਾਡੀਆਂ ਚੇਅਰਸ ਉੱਪਰ ਵੀ ਪਈਆਂ ਨੇ, ਉੱਪਰੋਂ ਦੇਖਣ ਦਾ ਆਪਣਾ ਹੀ ਮਜ਼ਾ ਹੈ, ਉੱਪਰੋਂ ਆਪਣਾ ਪੂਰਾ ਨਜ਼ਾਰਾ ਮਿਲ ਰਿਹਾ। ਜਿਹੜੀ ਹਾਊਸ ਬੋਟ ਦਾ ਹਾਲਟ ਹੈ ਪੂਰੀ ਰਾਤ ਦਾ ਹੀ, ਸਵੇਰੇ ਚੱਲੇਗੀ। ਇੱਧਰ ਹੋਰ ਵੀ ਹਾਊਸ ਬੋਟਸ ਲੱਗੀਆਂ ਨੇ, ਸਾਰੇ ਹਾਊਸ ਬੋਟਸ ਇੱਥੇ ਪੂਰੀ ਰਾਤ ਲੱਗੇ ਰਹਿਣਗੀਆਂ, ਅਸੀਂ ਇੱਥੇ ਰਾਤੀ ਹੁਣ ਹਾਊਸ ਬੋਟ ਦੇ ਵਿੱਚ ਹੀ ਸੋਵਾਂਗੇ। ਵਾਰੀ ਵਾਰੀ ਇੱਥੇ ਸਾਰੇ ਹਾਊਸ ਬੋਟਸ ਆਈ ਜਾਣੀਆਂ ਨੇ, ਉਹ ਹੋਰ ਵੀ ਅੱਗੇ ਲੱਗੀਆਂ ਨੇ ਇਹ ਵੀ, ਹੁਣ ਕਿਉਂਕਿ 5 ਵਜੇ ਤੱਕ ਘੁਮਾਉਂਦੇ ਨੇ, ਹੁਣ 5:05 ਹੋ ਗਏ ਨੇ, ਜਿਹਦਾ ਜਿੱਦਾਂ ਜਿੱਥੇ ਜਿੱਥੇ ਹਾਲਟ ਹੈ ਉੱਥੇ ਉੱਥੇ ਉਹ ਬੋਟ ਰੁਕੀ ਜਾਏਗੀ।
इस वीडियो ज़्यादा लंबी ना करते हैं, इस वीडियो आप इतने खत्म करते हैं। तो अगली वीडियो के दिखावे कि असी जो जिमें अपनी नाइट स्पेंड की हाउसबोट के, अगले दिन चैकआउट का भी सारा दिखावे। तो जिदा हाँ हाउसबोट इतने हम 5 बजे खड़ी हो गई है, इस तो बाद एक छोटी बोट लैके एक फोटो पॉइंट हैगी इतने जगह, और फोटो पॉइंट वाली जगह पर गए। इस बोट के चार्जस अलग तो सी, वो सारे चार्जस वगैरह की जानकारी, अपना अगले दिन का ब्रेकफास्ट, तुहानू सारा कुछ अगली वीडियो के दिखावे। तो इस वीडियो में अगर तुम पसंद किया है तो सानू भी लाइक करके दसो, तो चैनल में सबसक्राइब करो, वीडियो में शेयर करो जी, तो बाकी अपना प्यार इस तरह सानू देंदे रहो जी। सत श्री अकाल जी।